साडे सीएम साहब भगवंत मान जी ने और साडे सुप्रीमो अरविंद केजरीवाल जी ने जिहड़ा मैसेज दिता भगवंत जी दे नाल सीगे मीटिंग उन्होंने वर्चुअली दिता अरविंद जी ने पार्टी के सारे एमएलएज लई और कैबिनेट लई उह सीगा कि सानू लोकां ने बहुत आस और विश्वास दे नाल साडे ते बहुत वड्डा यकीन जिम्मेवारी पाई है और सानू उस तो बेहतर काम करना पैना लोगों ने उन्हां दी सोच तो बद के तो ये बड़ा ईमानदारी नाल करना पैना। कोई भी इदा दा मैसेज नहीं जाना चाहिए भी असीं सिर्फ राज करन आए हैं असीं सेवा करन आए हैं उन्हां दा मकसद जिहड़ी गल्लां होईयां नॉन परफॉर्मिंग जिहड़े ने उह बदले जाणगे डेफिनेटली बिल्कुल बिल्कुल क्या होना बिल्कुल क्या है गल उन्हां डट के कही है। सर पोर्टफोलियो कद तक आया? पोर्टफोलियो हो सकता एक अद्धे दिन च दिंदे कल कर दोगे कल विधानसभा सैशन तो पहला भी कर सकते हैं क्योंकि कल सैशन तो चालू होना उस तो पहला कर सकते हैं। मुताबिक तुसी की मानदे हो मैनूं इह भाग मिल जावे मेरी इस चक्कर नहीं सर मैं पहला ही सर इदा है आप माहर बनना पैंदा बंदे नूं माहर जिहड़ा दे दोगे उत्ते तुसी जदों 18 घंटे 15 घंटे लगातार काम करना सारी टीम ईमानदार नाल लाणी है अफसर भी ईमानदारां को उन्होंने कहे एक गल उन्होंने मैसेज साडे सुप्रीमो साहब का ही होना तो वो जिहड़ा उन्होंने को कम लेना पैना ਉਹੀ ਤੇ ਉਹੀ ਬੰਦੇ ਵਧੀਆ ਹੋ ਜਾਣੇ। ਭਗਵੰਤ ਮਾਨ ਨੇ ਕਿਹਾ ਕਿ ਇਲੈਕਸ਼ਨ ਵੇਲੇ ਵੀ ਕੁਝ ਲੋਕਾਂ ਨਹੀਂ ਮਿਲ ਪਾਏ ਸਾਨੂੰ ਵੋਟਾਂ ਪਈਆਂ ਨੇ ਬਿਲਕੁਲ ਲੇਕਿਨ ਲੋਕ ਤੱਕ ਅਪਰੋਚ ਕਰਨੀ ਔਰ ਉਹਨਾਂ ਦੇ ਕੁਝ ਲੋਕ ਨੇ ਉਹਨਾਂ ਦੀ ਗੱਲ ਕਰਨੀ ਬਿਲਕੁਲ ਇਹ ਬਹੁਤ ਜ਼ਰੂਰੀ ਮੈਟਰ ਹੈ ਸਾਨੂੰ ਐਕਚੁਅਲੀ ਹਿਊਮਨਿਟੀ ਵਾਈਜ਼ ਵੀ ਇਨਸਾਨੀ ਤੌਰ ਦੇ ਉੱਤੇ ਵੀ ਸਾਨੂੰ ਉਹਨਾਂ ਲੋਕਾਂ ਕੋ ਜਿਨ੍ਹਾਂ ਕੋ ਜਿਹੜੇ ਸਾਨੂੰ ਅਪਰੋਚ ਨਹੀਂ ਕਰ ਸਕਦੇ ਸੀ ਜਾਂ ਉਹਨਾਂ ਨੂੰ ਅਪਰੋਚ ਕਰਨਾ ਪਹਿਲਾਂ ਉੱਥੋਂ ਸ਼ੁਰੂਆਤ ਕਰਨੀ ਚਾਹੀਦੀ ਅੱਛੀ ਵੈਂਡੇਟਾ ਪੋਲਿਟਿਕਸ ਨੂੰ ਲੈ ਕੇ ਗੱਲ ਹੋਈ ਹੈ ਕਿਉਂਕਿ ਅਮੂਮਨ ਪੰਜਾਬ ਦੀ ਸਿਆਸਤ ਦੇ ਵਿੱਚ ਵੇਖਣ ਨੂੰ ਮਿਲਦਾ ਇੱਕ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਦੂਜੀ ਪਾਰਟੀ ਦੇ ਵਰਕਰ ਕਹਿੰਦੇ ਨੇ ਵੈਂਡੇਟਾ ਹੋ ਰਿਹਾ ਸਾਡੇ ਨਾਲ ਨਹੀਂ ਉਹਨਾਂ ਨੇ ਵੈਂਡੇਟਾ ਪੋਲਿਟਿਕਸ ਲਈ ਮਾਨ ਸਾਹਿਬ ਨੇ ਪਹਿਲਾਂ ਗੱਲ ਕੀਤੀ ਫਿਰ ਅਰਵਿੰਦ ਜੀ ਨੇ ਵੀ ਉੱਤੇ ਗੱਲ ਕੀਤੀ ਵੀ ਬਿਲਕੁਲ ਇਦਾਂ ਦਾ ਕੋਈ ਮੈਸੇਜ ਨਹੀਂ ਜਾਣਾ ਚਾਹੀਦਾ ਕਿ ਅਸੀਂ ਵੈਂਡੇਟਾ ਪੋਲਿਟਿਕਸ ਕਰਨਾ ਆ ਵੀ ਮੈਂ ਤਾਂ ਇਹ ਕਹਿੰਦਾ ਵੀ ਜੇ ਜਾਦੂ ਦੀ ਜੱਫੀ ਨਾਲ ਕੰਮ ਚੱਲਦਾ ਆਪਣਾ ਤਾਂ ਵੈਂਡੇਟਾ ਪੋਲਿਟਿਕਸ ਦੀ ਲੋੜ ਪਰ ਲੱਗਦਾ ਨਹੀਂ ਕੋਈ ਜਾਦੂ ਜੱਫੀ ਤੁਹਾਡੇ ਜਿਹੜੇ ਵਿਧਾਇਕ ਨੇ ਦੇਣ ਦੀ ਲੋੜ ਆ ਜਿਹੜੇ ਹੋਰ ਰੇਸ ਚ ਅੱਗੇ ਸੀ ਮੰਤਰੀ ਦੇ ਕੁਝ ਨਾਰਾਜ਼ ਲੱਗ ਰਹੇ ਨੇ ਮੰਤਰੀ ਨਹੀਂ ਬਣਾਏ ਗਏ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਸਭ ਠੀਕ ਹੈਗਾ ਮੰਨਦੇ ਉਹਨਾਂ ਨੂੰ ਜਾਦੂ ਚੱਪੀ ਦੇਣ ਦੀ ਜ਼ਰੂਰਤ ਹੈ ਨਹੀਂ 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 ਉਹ ਬਿਲਕੁਲ 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 ਕੋਈ ਇਦਾਂ ਦੀ ਗੱਲ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਇੱਕ ਐਗਜ਼ਾਮਪਲ ਹੈ ਦਿੱਲੀ ਦੇ ਬਾਈ ਵਿਧਾਇਕਾਂ ਦੀ ਵੀ ਦਿੱਤੀ ਗਈ ਹੈ ਕਿ ਜੇਕਰ ਅਗਰ ਉਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੂੰ ਬਾਹਰ ਕੱਢ ਦਿੱਤਾ ਹੈਗਾ ਪਾਰਟੀ ਤੋਂ ਉਹ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਤੁਹਾਡੇ ਵਾਸਤੇ ਵਾਰਨਿੰਗ ਵੀ ਦਿੱਤੀ ਬਿਲਕੁਲ ਹੋਣੀ ਚਾਹੀਦੀ ਹੈ ਵਾਰਨਿੰਗ ਕਿਉਂ ਨਹੀਂ ਹੋਣੀ ਚਾਹੀਦੀ ਵਾਰਨਿੰਗ ਕਿਉਂ ਨਾ ਹੋਵੇ ਉਹਨਾਂ ਨੇ ਕਹਿਤਾ ਕੋਈ ਉਹਨਾਂ ਨੇ ਇਹੀ ਇਹੀ ਮੈਸੇਜ ਦੇਣ ਦੀ ਕੀਤੀ ਗੱਲ ਅਰਵਿੰਦ ਜੀ ਨੇ ਕੀਤੀ ਹੈ ਵੀ ਵਾਰਨਿੰਗ ਦਾ ਮਤਲਬ ਹੈ ਵੀ ਤੁਸੀਂ ਤੁਹਾਨੂੰ ਅਗਰ ਇਹ ਜ਼ਿੰਮੇਵਾਰੀ ਦਿੱਤੀ ਗਈ ਇਹਨੂੰ ਪਰਫਾਰਮ ਕਰੋ ਜੱਪਾ ਜੀ ਖਾਸ ਤੌਰ ਤੇ ਕਿਹਾ ਵੀ ਜਿਨ੍ਹਾਂ ਲੋਕਾਂ ਦੇ ਘਰਾਂ ਤੇ ਛੱਤ ਹੈ ਨਹੀਂ ਚੁੱਲ੍ਹੇ ਅੱਜ ਰੋਟੀ ਨਹੀਂ ਪੱਕ ਰਹੀ ਗਾਲੀਆਂ ਚ ਪਤਾ ਨਹੀਂ ਹੈਗਾ ਉਹਨਾਂ ਦਾ ਮੇਨ ਉਹਨਾਂ ਦੀ ਲਾਈਫ ਚ ਚੇਂਜ ਲੱਗ ਗਿਆ ਉਹਨਾਂ ਦੇ ਬਿਲਕੁਲ ਲੈ ਕੇ ਆਣੀ ਸੀ ਦੇਖੋ ਉਹਦੇ ਲਈ ਪਹਿਲਾਂ ਤਾਂ ਸਰਕਾਰ ਦੀ ਪਾਲਿਸੀ ਹੋਏਗੀ ਸਰਕਾਰ ਉਤੇ ਡੈਫੀਨਿਟਲੀ ਵਰਕਆਊਟ ਕਰੇਗੀ ਜਲਦੀ ਕੀ ਹੋ ਸਕਦਾ ਉਹਨਾਂ ਲਈ ਬੈਸਟ ਕੀ ਕਰ ਸਕਦੇ ਆ ਸੁਜੈਸ਼ਨਸ ਹੋ ਗਈਆਂ ਉਹ ਕੈਬਨਿਟ 'ਚ ਡਿਸਕਸ ਹੋ ਗਈਆਂ ਪਹਿਲਾਂ ਵਿਧਾਇਕ ਵੀ ਦੱਸੂਗੇ ਸਾਰੇ ਆਪਣੇ ਆਪਣੇ ਇਲਾਕੇ ਦੀ ਗੱਲ ਔਰ ਇਨਸਾਨੀ ਤੌਰ 'ਤੇ ਵੀ ਸਾਡਾ ਫਰਜ਼ ਬਣਦਾ ਸੀ ਕਿਉਂਕਿ ਜਦੋਂ ਵੋਟਾਂ ਮੰਗਣ ਗਏ ਹਾਂ ਅਸੀਂ ਬਹੁਤ ਸਾਰੇ ਇੱਦਾਂ ਦੇ ਹਾਲਾਤ ਦੇਖੇ ਜਿਹੜੇ ਉਹ ਲੱਗਦਾ ਵੀ ਇਹ ਪਰਮਾਤਮਾ ਆਪਾਂ ਇੱਦਾਂ ਦਾ ਵੀ ਸੰਸਾਰ ਜਿਹੜਾ ਹੈਗਾ ਅਸੀਂ ਰੋਜ਼ ਦੇਖਦੇ ਪਏ ਹਾਂ ਉਹਨਾਂ ਲਈ ਬੈਸਟ ਕਰਨ ਦੀ ਕੋਸ਼ਿਸ਼ ਜਿੰਮਾ ਜੀ ਭਗਵੰਤ ਮਾਨ ਨੇ ਕਿਹਾ ਕਿ 70 ਸਾਲ ਅਸੀਂ ਪਿੱਛੇ ਹਾਂ ਤੁਹਾਨੂੰ ਲੱਗਦਾ ਕਿ ਬਹੁਤ ਕੁਝ ਉਤਲ ਪੁਤਲ ਹੋਇਆ ਪਿਆ ਔਰ ਬਹੁਤ ਗੁੰਝਲਦਾਰ ਕਹਾਣੀ ਜਿਹਨੂੰ ਹੌਲੀ 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 ਬਿਲਕੁਲ ਮੈਂ ਤਾਂ ਪਹਿਲੇ ਦਿਨ ਹੀ ਬੇਨਤੀ ਕੀਤੀ ਮੈਂ ਤਾਂ ਮੀਡੀਆ ਥਰੂ ਵੀ ਕੀਤੀ ਪਬਲਿਕ ਨੂੰ ਕੀਤੀ ਥੋੜ੍ਹਾ ਟਾਈਮ ਦੇਈਓ ਬੜੇ ਵੱਡਾ ਖੰਡਹਰ ਔਰ ਜਰਜਰ ਇਮਾਰਤ ਦਿੱਤੀ ਗਈ ਹੈ ਇਹਦਾ ਇਲਾਜ ਲਈ ਸਾਨੂੰ ਥੋੜ੍ਹਾ ਟਾਈਮ ਲੰਬਾ ਆਪਰੇਸ਼ਨ ਹੈ ਇਹ ਟਾਈਮ ਦੇਈਓ ਬੈਸਟ ਕਰਾਂਗੇ ਕਿਸੇ ਚੀਜ਼ ਨੂੰ ਸ਼ੁਰੂਆਤ ਕਰਾਂਗੇ ਨਾ ਅੱਛੀ ਉਹਦੇ ਲਈ ਟਾਈਮ ਲੱਗਦਾ ਥੋੜ੍ਹਾ ਜਿਹਾ ਠੀਕ ਹੈ।